ਖੁਫੀਆ ਬਾਲੀਆ ਬੁਰਕੇ ਜੋ ਕਹਿ ਬਦ ਨਜ਼ਰੇ ਦੀ ਨਜ਼ਰ ਨਾ ਲੱਗੇ। ਹੁਸੈਨ ਫਰਮੈਂਦੇ ਆਲੀਆ ਭੈਣ ਇਹ ਮੇਰੇ ਨਾਨੀ ਦੀ ਛਬੀ, ਛਬੀ ਦੀ ਲੋਕ ਜ਼ਿਆਰਤ ਕਰਦੇ ਨੇ ਮੇਰੇ ਅਕਬਰ ਚਿਹਰੇ 'ਤੇ ਪਾਤਨ ਬੁਰਕੇ। ਲੋਕ ਚਿਹਰੇ ਦੀ ਜ਼ਿਆਰਤ ਕਿਵੇਂ ਕਰਸੀ? ਬਿਰਾਲ ਪਾਸੇ ਦੇਖ ਕੇ ਆਦੀ ਘਬਰਾਓ ਨਹੀਂ, ਇਬਾਦਤ ਦਰੀ ਹੈ ਜੁਮੇ ਦਾ, ਜੁਮੇ ਦਰੀ ਮੇਰਾ ਅਕਬਰ ਮੂੰਹ ਤੋਂ ਬੁਰਕੇ ਟੇ ਸੀ, ਲੋਕ ਮੁਹੰਮਦ ਦੀ ਛਬੀ ਸਮਝ ਕੇ ਮੇਰੇ ਪੁੱਤਰ ਦੀ ਜ਼ਿਆਰਤ ਕਰੇ ਸਨ। ਦਾ ਮੁਹਰਮ ਕਰਬਲਾ ਦੇ ਮੈਦਾਨ 'ਚ ਸ਼ਹਜ਼ਾਦੀ ਅਕਬਰ ਬਾਬਾ ਮੂੰਹ ਤੋਂ ਬੁਰਕੇ ਹਟਾਏ ਤਾਂ ਜੁਮੇ ਦਰੀ ਹੈ। ਗੱਲ ਚੱਲੀ ਮਦੀਨੇ ਸ਼ਹਿਰ ਜਡੂ ਜਾਂ ਮੁਹੰਮਦ ਇਸ ਦੁਨੀਆਂ 'ਤੇ ਆ ਗਏ। ਬਾਬਾ ਜੀ ਗੱਲ ਚੱਲ ਪਈ, ਗੱਲ ਚੱਲਦੀ 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 ਗੱਲ ਪਹੁੰਚੀ ਹਲਬ ਸ਼ਹਿਰ। ਹਲਬ ਦਾ ਹਿੱਕ ਤਾਜਰੇ ਤਾਰੀਖ ਵਾਲੇ ਦਾ ਨਾਂ ਲਿਖ ਦਿਨ ਜ਼ਾਹਿਦ, ਇਹਦਾ ਪੁੱਤਰ ਕੋਈ ਨਹੀਂ ਦੀ ਹਿੱਕਾ ਧੀਏ, ਇਹਦੀ ਧੀ ਦੀ ਉਮਰ ਲਿਖ ਦਿਨ 3 ਸਾਲ, ਇਹਦਾ ਨਾਂ ਲਿਖ ਦਿਨ ਖਤੀਜਾ। ਜ਼ਾਹਿਦ ਰਿਵਾਇਤ ਕਰਦੇ ਜਦਾਂ ਦੀ ਮੇਰੀ ਧੀ ਉਸ ਦੁਨੀਆਂ 'ਤੇ ਆਈ, ਮੇਰੀ ਧੀ 2 ਕੰਮ ਕਰਦੀ ਆਈ, ਅੱਲਾਹ ਦੀ ਇਬਾਦਤ ਕਰਦੀ ਆਈ, ਵੀ ਆ ਸ਼ਾਮ ਦੇ ਟਾਈਮ ਮੇਰੀ ਧੀ ਤਨਹਾਈ 'ਚ ਬਹਿ ਕੇ ਬਹੁ ਰੋਂਦੀ ਆਈ। ਬਾਬਾ ਮੈਨੂੰ ਦੇਖੋ, ਮੈਂ ਮਸਾਹਿਬ ਪੜ੍ਹਦਾ ਪਈ, ਅਗਰ ਬੰਦੇ ਕੋਲ ਦੌਲਤ ਜ਼ਿਆਦਾ ਹੋਵੇ ਦੁਨਿਆਵੀ ਸ਼ੌਕ ਬੰਦੇ ਬੁਲੰਦ ਰੱਖਦੇ ਨੇ। ਹਲਬ ਦਾ ਬਹੁ ਵੱਡਾ ਤਾਜਰ ਏ, ਕੋਈ ਦੁਨੀਆ ਦੇ ਕਹਿ ਕੰਮ ਨਾਲ ਕਹਿ ਚੀਜ਼ ਨਾਲ ਮੁਹੱਬਤ ਨਹੀਂ। ਇਹ ਜ਼ੈਦ ਕੋਈ ਚੀਜ਼ ਨਾਲ ਮੁਹੱਬਤ ਆਈ, ਉਹ ਕਿਹੜੀ ਚੀਜ਼ ਆਈ? ਕਹਿ ਬੰਦੇ ਦਾ ਚਿਹਰਾ ਵੇਖਿਆ, ਅਗਰ ਇੱਕ ਬੰਦਾ ਪਸੰਦ ਆ ਵਜੇ ਉਸ ਬੰਦੇ ਦੀ ਤਸਵੀਰ ਬਣਦਾ ਹੋਈ। ਗੱਲ ਪਹੁੰਚੀ ਜ਼ੈਦ ਤੱਕ, ਤਾਰੀਖ ਵਾਲੇ ਲਿਖਦੇ ਨੇ 300 ਉੱਠ ਮਾਲ ਦੌਲਤ ਲੜ ਕੇ ਜ਼ੈਦ ਮਦੀਨੇ ਪਹੁੰਚਾ ਅਕਬਰ ਦੀ ਜ਼ਿਆਰਤ ਕਰਨ ਵਾਸਤੇ। ਜਿਹੜੀ ਮਦੀਨੇ ਉਹਦੇ ਯਾਰ ਜੁਮੇ ਦਰੀ ਆਈ, ਮੈਂ ਬੜੇ ਲਫ਼ ਛੁੜਿੰਦਾ ਹੁੰਦਾ, ਜਿਹੜੀ ਮਦੀਨੇ ਉਹਦੇ ਯਾਰ ਜੁਮੇ ਦਰੀ ਆਈ ਬਾਈ ਜਾਨ। ਸ਼ਹਜ਼ਾਦੀ ਅਕਬਰ ਮੂੰਹ ਤੋਂ ਬੁਰਕੇ ਹਟਾਏ ਹੋਏ ਨੇ, ਲੋਕ ਮੁਹੰਮਦ ਦੀ ਛਬੀ ਸਮਝ ਕੇ ਅਕਬਰ ਦੀ ਜ਼ਿਆਰਤ ਕਰਦੇ ਰਹਿਣ, ਜ਼ੈਦ ਤੁਰ ਤੁਰ ਅਕਬਰ ਦੇ ਮੂੰਹ ਦੁਰੇਦਾ ਰਹਿਣ। ਜ਼ਿਆਰਤ ਕਰਨ ਦੇ ਬਾਅਦ ਜ਼ੈਦ ਸ਼ਹਜ਼ਾਦੀ ਅਕਬਰ ਦੀ ਇੱਕ ਸਫੈਦ ਕੱਪੜੇ 'ਤੇ ਤਸਵੀਰ ਬਣਾਈ। ਲਫ਼ਜ਼ ਦੀ ਕਦਰ ਕੀਤੀ ਨੇ, ਲਫ਼ਜ਼ ਦੀ ਕਦਰ ਜ਼ਰੂਰ ਕਰਾਏ, ਜ਼ਰੂਰੀ ਨਹੀਂ ਜੋ ਹਰ ਬੰਦਾ ਮੇਰੀ ਵਾਰੀ ਰੋਵੇ। ਇੱਕ ਮੋਮਿਨ ਖਲੂਸ ਨਾਲ ਰੋ ਪੋਵੇ, ਮੈਂ ਸੈਯਦ ਰਾਜ਼ੀ ਹਾਂ। ਬਾਬਾ ਜੀ ਜ਼ੈਦ ਇੱਕ ਸਫੈਦ ਕੱਪੜੇ 'ਤੇ ਤਸਵੀਰ ਬਣਾਈ, ਇਹ ਤਰੀਕੇ ਨਾਲ ਤਸਵੀਰ ਹਾਂ ਨਾਲ ਲਈ ਸੀ। ਉੱਥੇ ਜਿੱਥੇ ਹੁਸੈਨ ਬਾਦਸ਼ਾਹ ਬੈਠੇ ਨੇ, ਕਦਮ ਚੁੰਮ ਕੇ ਆਦੇ ਮੌਲਾ ਟੁਰਾ ਹਲਬ ਵਿੱਚੋਂ ਆ ਪਹੁੰਚਾ ਮਦੀਨੇ ਹਾਂ, ਇੱਕ ਹਸਰਤ ਮੇਰੀ ਪੂਰੀ ਹੋ ਗਈ, ਇੱਕ ਹਸਰਤ ਮੇਰੀ ਬਕਾਇਆ। ਹੁਸੈਨ ਫਰਮੈਂਦੇ ਕਿਹੜੀ ਹਸਰਤ ਪੂਰੀ ਹੋ ਗਈ? ਆਦੇ ਮੌਲਾ ਵੇਖੋ ਮੈਂ ਤੇਰੇ ਪੁੱਤਰ ਦੀ ਤਸਵੀਰ ਬਣਾਈਏ। ਹੁਸੈਨ ਫਰਮੈਂਦੇ ਟੁਰਾ ਹਲਬ ਵਿੱਚੋਂ ਐਂ ਪਹੁੰਚਾ ਮਦੀਨੇ ਹੈ, ਜ਼ਿਆਰਤ ਕਰ ਗਈ ਆਈ, ਤਸਵੀਰ ਬਣਾਉਣ ਦਾ ਕੋਈ ਮਕਸਦ? ਆਦੇ ਮੌਲਾ ਤੇਰੀ ਇਮਾਮਤ ਦੀ ਕਸਮ ਹੈ, ਜੱਡਾਂ ਦਾ ਤੇਰਾ ਅਕਬਰ ਇਸ ਦੁਨੀਆ 'ਤੇ ਆਏ, ਹਲਬ ਦੇ ਅਮੀਰ ਹਲਬ ਦੇ ਗਰੀਬ ਬੱਚੇ ਜਵਾਨ ਚਾਹੁੰਦੇ ਜੋ ਅਸਾਂ ਅਕਬਰ ਦੀ ਜ਼ਿਆਰਤ ਕਰੂੰ। ਮੌਲਾ ਜਿਹੜੇ ਉੱਥੋਂ ਦੇ ਅਮੀਰ ਇਹਨੂੰ ਖਰਚ ਕਰਕੇ ਤੁਹਾਡੇ ਪੁੱਤਰ ਦੀ ਜ਼ਿਆਰਤ ਕਰਨ ਆਉਂਦੇ ਪਏ, ਜਿਹੜੇ ਉੱਥੋਂ ਦੇ ਗਰੀਬ ਇਹਨੂੰ ਆ ਨਹੀਂ ਸਕਦੇ, ਤੁਹਾਡੇ ਪੁੱਤਰ ਦੀ ਤਸਵੀਰ ਗਿੱਧੀ ਵੇਨਾ, ਇਹ ਲੈਸਾਂ ਹਲਬ ਦੇ ਮੇਨ ਚੌਕੇ 'ਚ ਬਲਾ ਹੋ ਗਈ। ਹਲਬ ਦੇ ਗਰੀਬ ਆ ਕੇ ਤੁਹਾਡੇ ਪੁੱਤਰ ਦੀ ਜ਼ਿਆਰਤ ਕਰ ਸਨ, ਤੁਹਾਡੇ ਦੁੱਖੇ ਪਾਸੇ ਵਾਲੀ ਮਾਂ ਮੇਰੇ ਹੱਕ ਹੀ ਦੁਆ ਕਰ ਸੀ। ਬੋਲੇ ਹੀ ਹਸਰਤ ਮੇਰੀ ਪੂਰੀ ਆ ਗਈ, ਹੀ ਹਸਰਤ ਮੇਰੀ ਬਕਾਇਆ। ਬੋਲੇ ਕਹਿ ਤਾਰੀਖ 'ਚ ਨਹੀਂ ਮਿਲਦਾ, ਤੁਹਾਡੇ ਦਰਵਾਜ਼ੇ 'ਤੇ ਕੋਈ ਸਵਾਲ ਹੀ ਆਇਆ ਹੋਵੇ, ਹੁਕਮ ਮੰਗਣ ਦਾ ਡਾਇਆ ਹੋਵੇ ਅਤੇ ਖਾਲੀ ਵੱਲ ਗਿਆ ਹੋਵੇ। ਆਦੇ ਮੌਲਾ ਮੈਂ ਪੰਧ ਲੰਬਾ ਕੀਤੇ, ਮੇਰੇ ਦਿਲ ਦੀ ਹਸਰਤ ਏ, ਮੇਰੇ ਦਿਲ ਦੀ ਖਾਹਿਸ਼ ਏ, ਲਾਹੌਰ ਦੀ ਮਲਕਾ ਤਾਕਤ ਦੇਵੇਂ, ਜੁਰਤ ਦੇਵੇਂ, ਮੇਰੀ ਸਹਿਣ ਮੈਂ ਜਲਦੀ ਬੜੀ ਕੀਤੀ ਏ, ਇਹ ਲਫ਼ਜ਼ 'ਚ ਇਤਨਾ ਅਸਰ ਦੇਵੇਂ, ਮੈਂ ਧਰਤੀ 'ਤੇ ਇਤਨੇ ਦਰਦ ਨਾਲ ਸਮਝਾਵਾਂ ਜੋ ਹਰ ਆਜ਼ਾਦਾਰ ਦੇ ਮੂੰਹ 'ਚੋਂ ਹਾਏ ਦੀ ਆਵਾਜ਼ ਨਿਕਲੇ। ਧੀਮੇ ਧੀਮੇ ਲਹਿਜੇ ਨਾਲ ਬੈਠਾ ਦੇ ਮੌਲਾ ਮੇਰਾ ਪੁੱਤਰ ਕੋਈ ਨਹੀਂ, ਮੇਰੀ ਹਿੱਕਾ ਧੀ ਏ,
ਬੋਲੇ ਜੇ ਨਾਰਾਜ਼ ਨਤੀਵੇਂ ਤਾਂ ਉਂਧੀ ਦਾ ਰਿਸ਼ਤਾ ਮੈਂ ਤੇਰੇ ਅਕਬਰ ਨਾਲ ਕਰਨਾ ਚਾਹੁੰਦਾ। ਭਲਾ ਹੋ ਭਲਾ ਹੋ ਜੀ ਬਾਪ ਸਲਾਮਤ ਹੋਵੇ ਬਾਈ ਜਾਨ। ਥੋੜਾ ਮਹਿਕ ਦਾ ਆਵਾਜ਼ ਵਧੇ ਸੀ, ਮਹਿਕ ਦਾ ਜਿਤਨੇ ਅਜ਼ਾਦਾਰ ਵਹਿਣ ਕਰਕੇ ਰੋਂਦੇ ਪਏ ਹੋ ਚਾਚਾ ਸਹੀ ਰਿਸ਼ਤੇ ਦਾ ਨਾਮ ਹੈ ਅਬਾਸ ਦੇ ਅਲਮ ਦੀ ਕਸਮ ਹੈ ਰੱਜ ਰੁਨੇ ਅਕਬਰ ਦਾ ਬਾਬਾ। ਜਦੋਂ ਹੁਸੈਨ ਕੋ ਬਾਬਾ ਰੋਂਦਾ ਡਿੱਠੇ ਸੀ ਨਾ ਜ਼ੈਦ ਪਰੇਸ਼ਾਨ ਥਾਏ, ਇਹ ਜਿਸਮ ਕੰਬਦੇ ਇਵੇਂ ਕੰਬਦੇ ਹੱਥ ਕਦਮਾਂ ਤੇ ਰੱਖਿਆ ਦੇ ਮੌਲਾ ਮੈਂ ਮਾਫ਼ੀ ਮੰਗਦਾ। ਬੋਲੋ ਤੁਸੀਂ ਰੋ ਪਏ ਹੋ, ਮੌਲਾ ਮੈਂ ਆਪਣਾ ਖਾਲੀ ਵੰਜਣ ਬਰਦਾਸ਼ਤ ਕਰੇ ਸਾਂ, ਮੈਂ ਤੁਹਾਡਾ ਰੋਣ ਬਰਦਾਸ਼ਤ ਨਹੀਂ ਕਰ ਸਕਦਾ। ਬੋਲੋ ਤੁਸਾਂ ਨਾ ਰੋਵੋ, ਮੈਂ ਖਾਲੀ ਵੱਲ ਵੇਸਾਂ, ਜਿਹੜਾ ਬੰਦਾ ਅੱਜਣ ਤੱਕ ਹੈ ਨਹੀਂ ਕਰ ਸੰਗਾ। ਹੁਸੈਨ ਫਰਮੈਂਦੇ ਜ਼ੈਦ ਰੁਣਾ ਹੀ ਵਜਾ ਤੂੰ ਨਾ, ਹੁਸੈਨ ਹੋ ਕੇ ਵਾਅਦਾ ਪਿਆ ਕਰੇ ਨਾ, ਅਗਰ ਮੇਰੇ ਅਕਬਰ ਦੀ ਸ਼ਾਦੀ ਹੋਈ ਤਾਂ ਹੋ ਸੀ ਤੇਰੀ ਧੀ ਨਾਲ, ਜਿਹੜਿਆ ਸੀਨੇ ਤੇ ਲੇਕਿਨ ਜ਼ਰੀ ਅਕਬਰ ਨਾਲ ਬਸ ਹੋਵੇ ਨਾ, ਮੈਂ ਸਹੀ ਆਦਮੀ ਦੁਆ ਜਵਾਨੀ ਵੇਣਾ ਨਸੀਬ ਹੋ। ਆਦੇ ਮੌਲਕ ਕਿਹੜਾ ਦੀਓ ਸੀ, ਬੜੀ ਜਲਦੀ ਪਿਆ ਕਰੇ ਨਾ, ਆਦੇ ਮੌਲਕ ਕਿਹੜਾ ਦੀਓ ਸੀ, ਉਹ ਕਿਹੜੀ ਖੁਸ਼ ਘੜੀ ਉਹ ਸੀ, ਉਹ ਕਿਹੜਾ ਟਾਈਮ ਉਹ ਸੀ ਜਿਹੜਾ ਅਕਬਰ ਦੀ ਬਰਾਤ ਮੇਰੇ ਘਰ ਆ ਸੀ। ਇਹ ਪਾਕ ਮੈਂਬਰ ਤੇ ਕਰੀ ਮੋਮਿਨ ਦੀ ਅੱਖ ਦੀ ਜ਼ਮਾਨਤ ਨਾ ਚਾਹੀਏ ਨਾ ਚੈਸਾਂ, ਨਾ ਮੈਂ ਤੁਹਾਡੀ ਅੱਖ ਦਾ ਜ਼ਾਮਿਨ ਹਾਂ, ਅੱਖ ਦਾ ਜ਼ਾਮਿਨ ਜ਼ਾਕਿਰ ਨਹੀਂ, ਅੱਖ ਦੀ ਜ਼ਾਮਿਨ ਪਰਦੇ ਦੇ ਅੰਦਰ ਆ ਬੰਦੀਏ। ਇਹ ਸੈਯਦਾਂ ਇਤਨੀ ਜ਼ਮਾਨਤ ਚਾਹੁੰਦਾ ਇਸ ਬੱਚੇ ਤੋਂ ਚਾਹ ਕੇ ਆਖਰੀ ਜਵਾਨ ਤੱਕ, ਅਗਰ ਹੁਸੈਨ ਦਾ ਵਾਅਦਾ ਸੁਣ ਕੇ ਆਜ਼ਾਦਾਰ ਦੇ ਮੂੰਹ ਚੋਂ ਹਾਏ ਦੀ ਆਵਾਜ਼ ਨਾ ਨਿਕਲੇ ਨਾ, ਤਾਂ ਅਕਬਰ ਦੀ ਮਾਂ ਕੋਲ ਬਹਿ ਕੇ ਪਿੰਨਾ ਕਿਉਂ ਹੈ ਬਈ ਜਾਨ। ਆਦੇ ਮੌਲਕ ਕਿਹੜਾ ਦੀ ਉਹ ਸੀ ਜਿਹੜਾ ਅਕਬਰ ਦੀ ਬਰਾਤ ਮੇਰੇ ਘਰ ਆ ਸੀ, ਸਹੀ ਆ ਠੱਡਾ ਸਾਹ ਭਰ ਕੇ ਆਦੇ ਇੱਕ ਹੈਠ ਜਰੀ ਸੈਦ ਆਦੇ ਇੱਕ ਹੈਠ ਜਰੀ ਜੁੰਮੇਦਰੀ 17 ਰਬੀਓ ਲਵਲ ਪਹਿਲਾ ਟਾਈਮ, ਮੈਂ ਹਾਂ ਸੱਚੀ ਮਾਂ ਦਾ ਸੱਚਾ ਪੁੱਤਰ, ਲੋਕ ਮੈਨੂੰ ਸੜੇ ਹੁਸੈਨ ਹੁਸੈਨ ਹੋ ਕੇ ਤੇਰੇ ਨਾਲ ਵਾਅਦਾ ਕਰੇ ਨਾ, 17 ਦੇ ਪਹਿਲੇ ਟਾਈਮ ਮੇਰਾ ਅਕਬਰ ਜੀਂਦਾ ਹੋਇਆ ਤਾਂ ਹੀ ਤੇਰੇ ਸ਼ਹਿਰ ਆਸੀ, ਮੇਰਾ ਪੁੱਤਰ ਸਾਂਗ ਤੇ ਹੋਇਆ ਤਾਂ ਹੀ ਤੇਰੇ ਸ਼ਹਿਰ ਆਸੀ। ਬਲੋ ਜੀ ਬਲੋ, ਮੈਂ ਰਾਜ਼ੀ ਹਾਂ, ਮੈਂ ਮੁਤਮਿਨ ਹਾਂ। ਇਮਾਮਤ ਦੀ ਜ਼ੁਬਾਨ ਸਮਝ ਨਹੀਂ ਸੰਗਾ, 300 ਉੱਠ ਮਦੀਨੇ ਦੇ ਗਰੀਬ ਲੋਕ ਨੇ ਤਕਸੀਮ ਕੀਤੇ ਸੀ, ਗਿਨੋ ਅਕਬਰ ਦੀ ਜੁੱਤੀ ਦਾ ਸਦਕਾ, ਗਿਨੋ ਹੁਸੈਨ ਨੇ ਬਚੜੀ ਦੀ ਨਲੈਨ ਦਾ ਸਦਕਾ। ਬਾਬਾ ਜੀ 3 ਦੀ ਰਿਹਾ, 3 ਦੀਆਂ ਤੋਂ ਬਾਅਦ ਮਦੀਨੇ ਦੇ ਸਾਰਿਆਂ ਸੈਦਾਂ ਕੋ ਮਿਲਾ, ਆਖਿਰ ਤੇ ਇਮਾਮੇ ਸਜਾਦ ਕੋ ਮਿਲਾ। ਸੈਦ ਰੋ ਕੇ ਆਦੇ ਚਾਚਾ ਮੈਂ ਤੇ ਕੁਛ ਨਹੀਂ ਮਿਲਣਾ, ਮੈਂ ਤੇ ਕੋ ਮਦੀਨੇ ਸ਼ਹਿਰ ਦੇ ਬਾਹਰ ਮਿਲ ਸਾਂ। ਮਦੀਨੇ ਸ਼ਹਿਰ ਦੇ ਬਾਹਰ ਮੰਨ ਕੇ ਮੇਰੇ ਇਮਾਮ ਕਦਮ ਰੋਕਣ, ਇੱਥੋਂ ਅਗਨ ਜ਼ੈਦ ਰਿਵਾਇਤ ਕਰਨ ਦੇ ਮੈਂ ਡਿੱਠੇ, ਮੇਰੇ ਇਮਾਮ ਸਰ ਤੋਂ ਮਾਮਲ ਹਾਏ ਜ਼ੈਦਾ ਦੇ, ਮੈਂ ਸੋਚਣ ਲੱਗੀ ਹਾਂ ਆਦੇ ਮਾਮੇ ਦੇ ਬਾਰੇ ਸੋਚਿਆ ਨਾ ਖੜਾ, ਮੈਂ ਡਿੱਠੇ ਉਹ ਮਾਮਾ ਮੇਰੇ ਇਮਾਮ ਖੋਲਣਾ ਸ਼ੁਰੂ ਕੀਤੇ। ਜ਼ੈਦਾ ਦੇ ਖੋਲਣ ਦੇ ਬਾਰੇ ਸੋਚਿਆ ਨਾ ਖੜਾ, ਮੈਂ ਡਿੱਠੇ ਮੇਰੇ ਇਮਾਮ ਆਪਣੇ ਦੋਵੇਂ ਹੱਥ ਬੱਧਣ, ਜਿਹੜਾ ਬੰਦਾ ਅੱਜਣ ਤੱਕ ਹੈ ਨਹੀਂ ਕਰ ਸਕਦਾ। ਜ਼ੈਦਾ ਦੇ ਹੱਥਾਂ ਦੇ ਬਾਰੇ ਸੋਚਿਆ ਖੜਾ, ਮੇਰੇ ਇਮਾਮ ਕਮਰ ਝੁਕਾਈਏ, ਜ਼ੈਦਾ ਦੇ ਕਮਰ ਦੇ ਬਾਰੇ ਸੋਚਿਆ ਖੜਾ, ਬੱਧੇ ਹੱਥ ਮੱਧੇ ਤੇ ਰੱਖ ਕੇ ਖੜੇ, ਚਾਚਾ ਮੈਂ ਸਲਾਮ ਕਰੇ ਨਾ ਮੈਂ ਲੈ ਜਾ ਬਗਾ। ਨੌ ਵਾਰ ਸਲਾਮ, ਨੌ ਵਾਰ ਜਵਾਬ, ਬਸ ਖਤਮ। ਆਪਣੇ ਉਂਗਲੀ ਤੇ ਗਿਣੋ ਬਕਾਇਆ 4 ਲਫ਼ਜ਼, ਇੱਕ ਵੇਣ ਇੱਜ਼ਤ ਵਾਲੇ ਵੀਰਾਂ ਨੂੰ ਔਰ ਇੱਜ਼ਤ ਵਾਲੇ ਬਜ਼ੁਰਗਾਂ ਨੂੰ ਮੈਂਬਰ ਦੇਵਣ ਲੱਗਾ। ਜਿਤਨੇ ਇੱਜ਼ਤਦਾਰ ਵੇਣ ਕਰਕੇ ਰੋਂਦੇ ਪਏ ਹੋ, ਵਤਨ ਪਹੁੰਚਾ, ਪਹਿਲਾ ਕਦਮ ਘਰ ਦੇ ਅੰਦਰ ਰੱਖੇ, ਇਹਨੀ ਘਰ ਵਾਲੀ ਅੱਖਾਂ ਵਾਤ ਕਿਆ ਦੀਏ, ਬਹੁਤ ਖੁਸ਼ ਨਜ਼ਰ ਆਉਂਦੇ, ਲੱਗਦਾ ਇਵੇਂ ਤਿਜਾਰਤ 'ਚ ਬਹੁਤ ਢੇਰ ਨਫ਼ਾ ਡੀ ਆਈ। ਜ਼ੈਦਾ ਦੇ ਕਯਾਮਤ ਤੱਕ ਇੱਥੋਂ ਵੱਡਾ ਨਫ਼ਾ ਡਹੀਂਦਾ ਨਹੀਂ, ਹੈਰਾਨ ਹੋ ਕੇ ਆਦੀ ਉਹ ਕਿਵੇਂ ਆਦੇ ਮਦੀਨੇ ਵਾਲੇ ਸਈਆ ਜਾਣਦੀ, ਆਦੇ ਮੈਂ ਕਿਵੇਂ ਨਾ ਜਾਣਦੀ। 3 ਸਾਲ ਮੈਂ ਅਲੀ ਦੀਆਂ ਧੀਆਂ ਦੀ ਨੌਕਰੀ ਕੀਤੀ, 3 ਸਾਲ ਮੈਂ ਇਮਾਮੇ ਸਜਾਦ ਦੀਆਂ ਨਲੈਨਾਂ ਸਾਫ਼ ਕੀਤੀਆਂ, ਆਦੇ ਉਹ ਘਰ ਦੀ ਕਨੀਜ਼ੇ ਤੇ ਇੱਕ ਬਹੁਤ ਵੱਡੀ ਮੁਬਾਰਕ ਦੇਵਣਾ ਚਾਹੁੰਦਾ, ਮੈਂ ਆਪਣੀ ਧੀ ਦਾ ਰਿਸ਼ਤਾ ਹੁਸੈਨ ਦੇ ਅਕਬਰ ਨਾਲ ਤੈਅ ਕਰਨਾ। ਇਸ ਇਲਾਕੇ ਲਿਓ ਤੁਹਾਡੀ ਕੁਸ਼ਾਮਤ ਕਰਾਂ, 14 ਸਜ਼ਾ ਦੇਵਨ, ਇਹ ਕਬਰ ਹੈ ਹੁਸੈਨ ਤੇ ਮੇਰਾ ਹੱਥ ਹੈ। ਮੈਂ ਜਾਣਦਾ ਤੁਸੀਂ ਸੈਦਾਦ ਦੀ ਕਦਰ ਕਰਦੇ ਹੋ, ਚਾਚਾ ਤਾ ਹੁਸੈਨ ਇਹ ਲਫ਼ਜ਼ ਤੇ ਮੈਨੂੰ ਪਤਾ ਲੱਗ ਸੀ, ਇਹ ਧਰਤੀ 'ਚ ਕਿਤਨੀ ਕਦਰ ਹੈ ਸੈਦਾਦ ਦੀ। ਜ਼ੈਦਾ ਦੇ ਮੇਰੀ ਗੁਰਬਤ ਤੋਂ ਚਾਹ ਕੇ ਮੇਰੇ ਬਖਤ ਤੱਕ
تیں جو منگے میں تے کو دیتے. آج پہلی بار میں منگنا میں کو خالی نہ والاویں. زید دی عورت آدھی میں بہت خوش ہاں تو سا جو منگسو میں دے سا زید آدھے منگ دا یہ کچھ ہاں. آج دے بعد میرے اور اپنے رشتہ داروں کو منع کر رہے ساری دھی دے متھے گوئے نہ لگے اگے ساری دھی ہونے مدینے والے سیدہ دی امانت. شاباش شاباش بھلا ہو چاچا بھلا ہو جی بھلا ہو. بس ختم حلب دبو منڈا تاج رہی یہ حلب دے مین چوک شہزادے اکبر دی تصویر لئی. ایتھے ایک سونا جی حجر بنویس ان دے چار دروازے رکھے نے ایتھے چار نوکر کھڑے نے. آخر لفظ تے وین شروع سب تو زیادہ حلب دے چھوٹے چھوٹے بچے ایک دن روزانہ شام دے ٹائم جلوس بناویں نا اوتھا وینا جتھے شہزادے دی تصویر لگی ہوئی ہے. بھائی جان بچے اپنے حصے داغ سے چراغ جلاویں نا. تاریخ والے ایک بچے دا نام لکھ دین عبداللہ. یہ سارے بچوں تو چھوٹا بچہ آئی بھی ہم بچوں کو بھی محبت آئی لیکن یہ عبداللہ کو بہت زیادہ محبت آئی. ان کی وجہ تو ان دے کنوں دعا منگاویں نا بھائی جان بھائی بچے آمین آکھے نا. عبداللہ کیڑی دعا منگاویا تصویر والے پاس دے کے آکھے میرا اللہ تیک واسطے حسین دی ماں دے خالی ولن دا سب کو اتنے تک موت نہ دے میں جتنے تک مرنے دی برا تکھے نال نہ دے. بس میں راضی ہوں بھائی میں راضی ہوں. بھلاو بھلاو جی بھلاو. بس بھائی سیدان تر مہمان آ حسین رضا کرن یہ ہاتھ بدی کھانا ہاتھ ہی وجہ تو نہیں بندہ جو میرے سامنے تو اٹھی کرو نہ جتنا دل کری اتنا رو جتنا دل کری اتنا ماتم کر لیکن سیدان ہاتھ ہی وجہ تو بدے تے کو شہزادے اکبر دے اوکھے لان دا واسطے اگر پہلے وین تے رون نہ آوے اتنی ہائے کریں تیری ہائے دی آواز قریب والا مومن سن کے نہیں. چاچا سائنو اتنی انتظار بابا نو اکبر دے بابے تو لٹ پائے گئی لٹ پنا. اٹھاوی رجب کو اکبر دی برات مدینے ٹری میں زیادہ سیدہ میں پڑھ درانا کانڈیاں دا اتنا رش ودے اکبر سکی بھین واد لایا تیری محمل چ جا کوئی نہیں. بلو بھائی بلو بھائی بلو بلو سیدان جھولی چاک کے دعا پیا منگنا جوانو دعا منگی کرو بھرا پردیس پیا ویندا ہوئے بھین بھرا کروندا نہ رکھے اکبر بھین دے مامل دے نال نے بھین مامل تو لے کے دے تو نہ رو میں لتھی ویندی ہاں آدے اکبر مامل تو نہ پہلاندی میں تیری چڑی جان تو پہلاندی. اکبر دی برات چاچا سی مدینے ٹڑی مکے پہنچی ارزل ہائی نو اکبر دی برات مکے ٹڑی دو محرم نو کربلا پہنچی میں سیداں کہ مومن دا دل دکھے تا سید سمجھ کے معاف چکرے میں ایویں پردہ لانا چھیویں دی دیگر کو براتیاں دا اتنا راشو دے کانی پانی پیندے رہے اکبر دیا بھیڑا تسیا رہ گئے. شاباش 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 بھلاو گئے تارے دل نہ دار دے ستویں داری اٹھویں داری بابا جی امیران دیا شادیاں راش زیادہ غریبان دیا شادیاں راش تھوڑا اکبر دیا جو شادیاں ہی کانڈیاں دا راش ودنا ہے جا کوئی نہ بولو بابا ودنا ہے ودنا ہے تو وقت اعلان 3000 فوج دا دست آگئے ہر کے سنے اکبر دے بابے سنے وقت اعلان 20000 فوج آگئی ہر کے سنے اکبر دے بابے سنے وقت اعلان 3000 فوج دا دست آگئے ہون جڑے مومن جوان اولاد رکھ دے ہائے نہ کرے سی میں سید دی لسی 3000 دا نام ہے حسین دے علی بھیڑا میں گگلا بھیڑ بھیڑا دے گل چ با پا کے دے 3000 فوج رلن ہے 20000 فوج رلن ہے ائی تا 3000 فوج رو دا کیوں ہے بھیڑ دے گل چ با پا کے دے گل ائی 3000 فوج جو میرے اکبر دا قاتل آ گئے بھیڑ بھیڑا دے گل چ با پا کے دے حسین میں اکبر کوئی سنگ آواز دے پلے دی رہی رومن واسطے منت نہیں ہوندی. بھلو 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 ہاں جاوی تا ضرور ہوئے حصہ میں کو لاہور دی ملکہ دے رہی تا این دن آئے مجلے سے ہو سکتا بابا جی نامی داری کانڈی اندر آشوت داری ہے دامی دی رات اوکھی رات
ਬਜ਼ੁਰਗ ਮੇਰੇ ਬਾਅਦ ਮੌਜੂਦ ਨੇ, ਮੇਰੀ ਗਵਾਹੀ ਦੇ ਸਨ। ਬਜ਼ੁਰਗ ਜ਼ਾਕਿਰ ਪੜਦੇ ਨੇ ਜੀ, ਔਖੀ ਰਾਤ ਹੁਸੈਨ ਜੇ ਸਾਬਿਰ 40 ਸਿੰਘ ਤਕਸੀਮ ਕੀਤੀ, ਆਖਰੀ ਸਭ ਭੈਣ ਦੇ ਕੋਲ ਜਿਹੜੇ ਕੜੀਆ ਜਾਨ ਬੈਠੇ ਹੋ, ਡਾਵੀ ਦੀ ਰਾਤ ਦਮੀ ਅਤਰੀ ਭੈਣਾ ਕੋਲ ਆ ਕੇ ਜਨ ਹੁਸੈਨ ਸਾਡੇ ਅਕਬਰ ਕੋ ਅਜ਼ਾਨ ਸੁਣਾਵੇ। ਸੈਯਦਾ ਦੇ ਮੈਨੂੰ ਸੋਹਣਾ, ਮੈਂ ਜਿਹੜਾ ਅਜ਼ਾਨ ਸੁਣਾ, ਅਕਬਰ ਆਖੇ ਅੱਲਾਹ ਅਕਬਰ, ਅਲੀ ਦੀਆਂ ਦੇ ਮਾਇਆ ਕੁਰਾਨ ਬੰਦ ਕਰੋ, ਮੇਰੇ ਅਕਬਰ ਦੀ ਆਖਰੀ ਅਜ਼ਾਨ ਸੁਣੋ। ਓਡੀ ਚੜ ਵੰਜਣਾ ਹੈ ਮੇਰੇ ਬੰਨੇ ਤੇ ਲੁੱਟ ਪਏ ਵੰਜਣੀ। ਭਲਾ ਭਲਾ ਹੋਈ, ਭਲਾ ਹੋਈ, ਭਲਾ ਹੋਈ। ਅਕਬਰ ਜਾਨ ਮੁਕਈ, ਹੁਸੈਨ ਜਮਾਤ ਕਰੇ, ਬਸ ਖਤਮ ਬਈ। ਚਾਚਾ ਸਾਈਂ ਜਮਾਤ ਦਾ ਮੁਕਣ ਹੋ, ਦਿਓ ਭਰਦਾ ਪਿਆ ਪਹਿਲਾ ਤੀਰ ਮਰੇ ਮੇਰੇ ਸਾਥ ਖੈਮੇ ਚ ਮਾਰੇ ਲਾਨਤ ਹੋਵੇ ਸੀ। ਪਾਕਿਸਤਾਨ ਦੇ ਕਹਿ ਕੋਨੇ ਪੜੇ ਬਾਬਾ, ਮੈਂ ਇਵੇਂ ਪੜਦਾ ਰਾਂ ਨਾ ਸੈਯਦ ਹਾਂ। ਦਾਵੀ ਦੇਰੀ ਪਹਿਲੇ ਟਾਈਮ ਹੁਸੈਨ ਅਕਬਰ ਕੋ ਸੇਰੇ ਪਵਾਏ, ਜੋ ਗਰਮੀ ਵੱਧ ਵੇ ਸੀ ਸੇਰੇ ਪੜਾ ਬਈ ਜਾਨ ਅਕਬਰ ਸੇਰੇ ਪਾਤਨ, ਜਿਹੜੇ ਕਾਂਢੀ ਐ ਨਾ ਕਿਵੇਂ ਲੰਘਾਉਣਾ ਸ਼ੁਰੂ ਕੀਤੇ ਨੇ। ਪਹਿਲੇ ਪਹਿਲੇ ਹੋਰ ਦੇ ਪੁੱਤਰ ਵੇਲ ਗਿਣਾਈ, ਵੱਧ ਹੋਰ ਵੇਲ ਗਿਣਾਈ, ਵੱਧ ਹਬੀ ਵੇਲ ਗਿਣਾਈ, ਵੱਧ ਜਾਨ ਵੇਲ ਗਿਣਾਈ, ਵੱਧ ਮੁਹੰਮਦ ਵੇਲ ਗਿਣਾਈ, ਵੱਧ ਹਸਨ ਦੇ ਯਦੀ ਵੇਲ ਗਿਣਾਈ, ਵੱਧ ਗਾਜ਼ੀ ਨੂੰ ਹਿੰਬਾਜ਼ ਵੇਲ ਗਿਣਾਏ, ਵੱਧ ਛੀਆ ਮਹੀਨਾ ਦਸਕਰ ਵੇਲ ਗਿਣਾਏ, ਵੱਧ ਸ਼ਬੀਰ ਅਬਰਸਰ ਵੇਲ ਗਿਣਾਏ। ਉਹ ਜਵਾਨਾ ਜਦੋਂ ਮਰਦਾਂ ਦੀ ਵਾਰੀ ਮੁੱਕ ਗਈ ਏ, ਵੱਧ ਅਲੀ ਦੀਦੀ ਆਪਣੀ ਚਾਦਰ ਵੇਲ ਗਿਣਾਈਏ। ਆਦਿ ਅਕਬਰ ਨਾਰਾਜ਼ ਨਹੀਂ ਵੇ, ਫੁੱਫੀ ਦੀ ਚਾਦਰ ਹਾਜ਼ਰੀ ਆ। ਅਕਬਰ ਮੈਂ ਜਾਣਾ ਤੇ ਸ਼ਾਨ ਦੇ ਅੱਖ ਰਾ ਜਾਣ, ਇੰਜ ਨਹੀਂ ਇੰਜ ਨਹੀਂ, ਬਸ ਖਤਮ। ਪੁੱਤਰ ਦੀ ਸ਼ਾਦੀ ਹੋਵੇ ਬਾਬਾ ਜੀ, ਪਿਓ ਦੀ ਅਸਰਤ, ਪਹਿਲੀ ਅਸਰਤ ਆਉਂਦੀ ਹੈ ਮੈਂ ਸੋਹਣਾ ਲਿਬਾਸ ਪਾਵਾਂ, ਦੂਜੀ ਅਸਰਤ ਆਉਂਦੀ ਹੈ ਮੈਂ ਸੋਹਣੀ ਸਵਾਰੀ ਤੇ ਸਫ਼ਰ ਕਰਾਂ। ਅਕਬਰ ਦੀ ਸ਼ਾਦੀ ਆਈ, ਹੁਸੈਨ ਦੀ ਸਵਾਰੀ ਆਈ, ਨੇਜ਼ੇ ਦੀ ਚੁੰਝ। ਹੁਣ ਦੇਖ ਸਾਂ ਦੇਖਣ ਕਿਤਨੇ ਹੱਥ ਨੇ ਚਾਚਾ ਸਾਈਂ, ਜਿਹੜੇ ਅੱਲਾ ਭਾਈ ਜਾਨ ਬਣਾਏ ਵੀ ਅਕਬਰ ਦੇ ਮਾਤਾ ਵਾਸਤੇ, ਕਿਤਨੇ ਅੱਖੀਂ ਜਿਹੜਾ ਬਣਿਆ ਵੀ ਅਕਬਰ ਦੇ ਗਮ ਵਾਸਤੇ। ਬਾਬਾ ਅਕਬਰ ਦੀ ਬਰਾਤ ਸੌਖੀ ਨਹੀਂ ਚੁਣੀ ਚਾਚਾ ਸਾਈਂ, ਕਿਤੇ 3 ਘੰਟੇ, ਕਿਤੇ 4 ਘੰਟੇ, ਜਵਾਨੀ ਹੋਈ ਕਿਤੇ 5 ਘੰਟੇ। ਇੱਕੀ ਜੇ ਮੋੜ ਹੈ ਜੀ, ਤਾਂ 3 ਦਿਨ ਮਰਦਾ ਨਹੀਂ ਛੱਡੇ, ਢੀਲਾਂ ਦਾ ਵੀ ਨਹੀਂ ਛੱਡੇ। ਇਹਨੂੰ ਹੱਲਾ ਦਾ ਸਹਿਣ ਸਜਾਏ, ਜੇ ਅਕਬਰ ਦੀ ਬਰਾਤ ਆਉਣੇ, ਬੱਚੇ ਇੰਤਜ਼ਾਰ ਹੈ ਜੇ ਅਕਬਰ ਦੀ ਬਰਾਤ ਆਉਣੇ। ਚਾਚਾ ਸਾਈਂ 17 ਦਾ ਪਹਿਲਾ ਟਾਈਮ ਚੜੇ, ਅਕਬਰ ਦੀ ਬਰਾਤ ਹੱਲਾ ਸ਼ਹਿਰ ਪਹੁੰਚੇ, ਜਿਹੜੇ ਕੜੀਆ ਜਵਾਨ ਬੈਠੇ ਹੋ, ਔਰ ਜਵਾਨੋ ਅਕਬਰ ਦੀ ਸਾਂਗ ਉਤਾਰ ਰੁਕੀ ਹੈ ਜੀ, ਤਾਂ ਅਕਬਰ ਦੀ ਤਸਵੀਰ ਲੱਗੀ ਹੋਈ ਆਈ, ਸੈਦ ਨੌਕਰ ਦੇ ਅਕਬਰ ਦੇ ਚਿਹਰੇ ਤੇ ਨਿਗਾਹ ਪਈ ਹੈ। ਉੱਤਾ ਜੀ ਦਾ ਜ਼ੈਦ ਬੈਠਾ ਦੇ ਬਿਸਤਰ ਚੋਰ, ਜਾਨ ਤੇ ਲੁੱਟ ਪੈ ਗਈ ਹੈ। ਉੱਡੇ ਦੇਖ ਬਨਰਾ ਸਾਂਗ ਦੇ ਸਵਾਰ, ਓਏ ਰੋਣਾ ਭਲਾ ਹੋਈ, ਭਲਾ ਹੋਈ, ਭਲਾ ਹੋਈ। ਲੋਕਾਂ ਨੇ ਬਾਬਾ ਜ਼ਿੰਦਗੀ ਹੋਲੇ, ਜਿਹੜੇ ਬੰਦੇ ਤੋਰ ਤੱਕ ਮਾਤਾ ਵੇ, ਮੈਂ ਕੁਮੀ ਮਰਦੀ ਕਸਮ ਹੀ ਦਾ ਨਾ ਮਜਲੇ ਸੇ ਹੋਜੇ, ਜੇ ਕੋ ਮੇਰੇ ਪਹਿਲੇ ਲਵ ਯਾਦੀ ਲੋ, ਜ਼ੈਦੀ ਵੇ ਆਏ ਜਿਵੇਂ ਛੀਕਾ ਲੈ ਪਾਸੇ ਬਣ ਜਾਂਦਾ ਹੈ। ਉੱਤਾ ਜਿੱਥਾ ਸਜਾਦ ਰੱਖਣ ਰੋਂਦਾ, ਨੂੰ ਅੱਤ ਮੱਤੇ ਦਰਾਗਿਆ ਦੇ ਕੈਦੀ, ਮੇਰਾ ਸਲਾਮ ਹੋਈ ਆ। ਆਦੇ ਚਾਚਾ ਮੇਰਾ ਵੀ ਸਲਾਮ ਹੋਈ ਆ। ਆਦੇ ਅੱਲਾ ਮਾਂ ਤੂੰ ਤਾਂ ਸਜਾਦ ਹੈ, ਕਮਰ ਕਿਉਂ ਝੁਕ ਗਈ ਹੈ, ਰੱਦ ਚ ਵਧਣ ਹੋਣੇ, ਮਿੱਟੀ ਦੇ ਬਹਿ ਕੇ ਤਾਂ ਬੈਠੇ ਮੈਂ ਕੋ ਗੱਲ ਆ, ਮੇਰੀ ਅਖਬਾਰ ਕਮਾਲ ਆਤਰਾਣ ਗਈ ਆਈ, ਮੇਰਾ ਦੀ ਗਈ ਆਈ ਚਮਨ ਦਬਾਏ, ਉਹ ਦਰਬਾਰ ਦੀ ਪੇਸ਼ੀ ਹੌਸਲਾ ਬੇੜਾ ਨਸੀਬ, ਹੌਸਲੇ ਨਾਲ ਹੌਸਲੇ ਨਾਲ ਬਸ ਬਈ ਆਖਰੀ ਵੈਣ, ਮੈਂ ਰਾਜ਼ੀ ਹਾਂ ਬਈ, ਜਜ਼ਬਾਤ ਨਹੀਂ, ਇੱਕ ਵੈਣ ਸੁਣੋ, ਇਹੋ ਵੈਣ ਸੁਣੋ, ਮੈਂ ਮਿੰਬਰ ਛੋੜਨ ਲੱਗਾ। ਚਾਚਾ ਸਹੀ ਵੈਣ ਉਹ ਸੁਣੈਨਾ, ਜਿਹੜੀ ਵੈਣ ਲਾਹੌਰ ਅਤੇ ਮਲਕਾ ਮੈਂ ਕੋ ਅਦਾ ਕੀਤੇ, ਜਿਤਨੇ ਅਜ਼ਾਦਾਰ ਵਹਿਣ ਕਰ ਕਰਾਉਂਦੇ ਪਏ ਹੋ, ਜਦੋਂ ਜ਼ਹਿਦ ਕੋ ਪੱਕ ਲੱਗੇ ਨਾ, ਇਹ ਅਕਬਰ ਦਾ ਸਾਰੇ ਅਕਬਰ ਦੀ ਸਾਂਗ ਤੇ ਲਿਆ ਕੇ ਬਹਿ ਜਾਣ, ਝੋਲੀ ਵਧਾ ਕੇ ਜ਼ਹਿਦ ਇੱਕ ਵਹਿਣ ਕਿਤੇ ਵਹਿਣ ਸੁਣੇ ਵਜਾ। ਰੋਕਿਆ ਦਾ ਖੜੇ ਜਿਹੜਾ ਸੋਹਣਾ ਸਾਰੀ ਹੈ ਸਾਗੋ ਤੇ ਹੀ ਸਰ ਕੋ ਆਪ ਲਹਿਦਾ, ਮੈਂ ਕੋ ਲੱਗਦਾ ਹੈ ਪਾਏ ਲੁੱਟ ਗਈ ਹੈ, ਵੰਜਦੀ ਕੋ ਆਪ ਨਿਖੇ ਲਾਹੌਰ ਦੀ ਮਲਕਾ ਤੂੰ ਆ ਕੇ ਮੋਹਰ ਲਵਾਈ ਹੈ, ਸੈਦਰੋਂ ਦੇ ਘਰ ਵਾਲੇ ਪਾਸੇ
ਦਾ